ਹੁਣਾਂ ਨੂੰ ਮੇਰੀ ਬੇਨਤੀ ਜੇ ਮੇਰਾ ਕਦੇ ਕਲਿੱਪ ਦੀਵਾਨ ਸੁਣ ਤੇ ਕਦੇ ਮੇਰੇ ਨਾਲ ਆ ਕੇ ਬਹਿ ਕੇ ਗੱਲ ਕਰੀਏ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਵੇਖੋ ਉਹਨਾਂ ਨੇ ਜਿਹੜੇ ਕੁਦਰਤ ਨਾਲ ਤੁਸੀਂ ਕਹਿੰਦੇ ਹੋ ਨਾ ਮੈਂ ਗੱਲਾਂ ਕਰਦਾ ਇਸੇ ਕੁਦਰਤ ਨੂੰ ਮੇਰੇ ਬਾਬੇ ਨਾਨਕ ਨੇ ਰੱਬ ਕਿਹਾ ਹੈ ਕਿਹੜੀ ਕਿਹੜੀਆਂ ਗੱਲਾਂ ਜਿੱਥੇ ਤੁਸੀਂ ਸਹਿਮਤ ਨਹੀਂ ਹੈਗੇ ਸਹਿਮਤ ਇਹ ਹੈ ਵੀ ਉਹ ਜਦੋਂ ਕਹਿੰਦੇ ਨਾ ਵੀ ਇੱਕ ਐਸਾ ਰੱਬ ਹੈ ਜਿਹੜਾ ਸਾਰੀ ਧਰਤੀ ਨੂੰ ਚਲਾਉਂਦਾ ਸਾਰੇ ਬ੍ਰਹਿਮੰਡ ਦਾ ਉਹ ਮਾਲਕ ਹੈ ਸਾਰੇ ਬ੍ਰਹਿਮੰਡ ਨੂੰ ਉਹਨੇ ਬਣਾਇਆ ਸਾਰੇ ਬ੍ਰਹਿਮੰਡ ਵੀ ਜੀ ਉਹਨੂੰ ਝਾਕੋ ਇਸ ਤਰ੍ਹਾਂ ਦਾ ਜਿਹੜਾ ਵਿਗਿਆਨ ਨਹੀਂ ਮੰਨਦਾ ਕੌਣ ਹੈ ਜਿਹੜਾ ਕਹਿੰਦੇ ਵੀ ਬਾਬੇ ਨਾਨਕ ਦੀਆਂ ਅੱਧੀਆਂ ਕੁ ਗੱਲਾਂ ਮੈਂ ਮੰਨਦਾ ਅੱਧੀਆਂ ਕੁ ਨਹੀਂ ਮੰਨਦਾ ਕਦੇ ਨਹੀਂ ਹੋਣਾ ਸੀ ਇਹ ਤੇ ਉਹਨਾਂ ਬੰਦਿਆਂ ਨੂੰ ਦੱਸਿਆ ਗਲਤ ਹੈ ਜਿੱਥੇ ਪੁਜਾਰੀ ਖੜੇ ਹੈ ਬਾਕੀ ਦਾ ਪਖੰਡ ਖੜਾ ਹੈ ਉੱਥੇ ਹੀ ਲਿਜਾ ਕੇ ਅਸੀਂ ਆਪਣਾ ਬਾਬਾ ਨਾਨਕ ਖਿਲਾਰ ਦਿੱਤਾ ਹੈ ਤਾਂ ਬਾਬੇ ਨਾਨਕ ਤੇ ਸਵਾਲ ਉੱਠਿਆ ਨਹੀਂ ਤੇ ਸਾਡਾ ਬਾਬਾ ਨਾਨਕ ਅਲੈਦਾ ਹੈ ਸਾਰਿਆਂ ਨਾਲੋਂ ਮੈਂ ਗੁਰੂ ਨਾਨਕ ਦੇ ਨਾਲ ਮਤਭੇਦ ਰੱਖਦਾ ਹੋਇਆ ਗੁਰੂ ਨਾਨਕ ਦੇ ਲਈ ਮੈਂ ਸਦਾ ਖੜ ਸਕਦਾ ਪਰ ਗੁਰੂ ਨਾਨਕ ਦੇ ਨਾਮ ਲੇਵਾ ਸਿੱਖ ਇਹ ਵੀ ਮੈਂ ਗੱਲ ਕਹਿਣ ਨੂੰ ਤਿਆਰ ਹਾਂ ਵਕਤ ਪੈਣ ਤੇ ਸ਼ਾਇਦ ਨਾਨਕ ਨੂੰ ਪਿੱਠਦੇ ਜਾਣ ਪਿਛਲੇ ਦਿਨੀ ਬਾਪ